इस वेले दी वड्डी ते मंदभागी खबर तरनतारन तों सामने आ रही है जिथे बच्चों नाल भरी स्कूल बस ते ट्रक विच टक्कर हो गई जिस तों बाद चारे पासे हफड़ा दफड़ी मच गई। टक्कर तों बाद मौके ते मौजूद लोकां ने खुद ही सब नूं बचाउण दा काम शुरू कर दिता। मौके ते मौजूद लोकां ने दस्सिया कि इह टक्कर धुंद कारण होई है। उन्हां कहा कि बस तरनतारन वल नूं जा रही सी कि सामने आ रहे ट्रक ने अचानक बस विच टक्कर मार दित्ती जिस तों बाद बस ड्राइवर दी मौके ते ही मौत हो गई। इस तों इलावा दो स्कूली बच्चों ने मौत की खबर भी सामने आ रही है। अभी 8 बजे 7:45 वेख्या जो सड़क से खड़का होया, मैं मोटरसाइकिल लेके इतने आया वा तो ड्राइवर भी कढ़िया वा, एक दो बच्चे भी कढ़े आ, एक बेटी ज्यादा सीरियस लगती सी। बेटी डैथ हो गई है जी? बेटी की डैथ हो गई है तो ड्राइवर की भी डैथ हो गई है। किन्ने बजे की घटना जी? ये 7:45 की घटना। किधरों किधर आ रहे थे? बस तरन तारण जा रही थी तो ट्रक गोंदा साहब जा रहा है तो बस धुम घुमा के समझ नहीं लगती कि चक्कर चलिया, धुंध का कारण बनया ज़्यादा। मौके पर ही आमो सामने टक्कर हुई है बस से ट्रक की, तो बहुत ज़्यादा नुकसान होया। बच्चे आ 3 पूरे हो गए हैं जी, बाकी जख्मी हालत बच्चे हले उन्होंने दसणगे कुछ और हॉस्पिटल लै गए। एंबूलेंस आई हैं 3, उन्होंने बच्चे तो ड्राइवर को भेज दिता गया हॉस्पिटल। ड्राइवर की किस तरह हालत? ड्राइवर की हालत बहुत ही माड़ी तो बहुत ही नाजुक है जी, थल्ला हिस्सा खत्म डेड हो गया जी ड्राइवर। किन्ने बजे की घटना? यह 7:45 की घटना जी। सर एक्सीडेंट है, बच्चे स्कूल बस पलटी, किवें पलटी, किवें असर वापरिया? जिहड़ा ये बच्चे लेके आउण डिया सी घोड़ा वाई जाण डिया, जिहड़ा मगजी मगर वड्डा ट्राला हुंदा ते इहने बदेरी साइड बचाई है बेचारे ने, उहने जिहड़ा घोड़ा सी उह अपना घोड़ा बचा के आप बच गया ते ट्राला मारिया विच बस विच बस दे विच ते ड्राइवर साडा ते फेसी गया जी सारा। ਕੀ ਨਾਮ ਉਹਨਾਂ ਦਾ ਵੀਰ ਦਾ? ਹਾਂਜੀ ਰਣਜੀਤ ਸਿੰਘ ਜੀ, ਸਾਨੂੰ ਹਮਰਸਾ ਸਿੰਘ। ਕਿੰਨੇ ਬੱਚੇ ਸੀ ਸਕੂਲ ਦੇ ਵਿੱਚ? ਸਾਰੇ ਬੱਚੇ ਜ਼ਖਮੀ ਹੋਏ ਕੁਝ? ਅਜੇ ਸਾਨੂੰ ਵੀ ਪੂਰੀ ਰਿਪੋਰਟ ਨਹੀਂ ਮਿਲੀ ਜੀ, ਬੱਚੇ ਜਿਹੜੀ ਉਹ ਚੜ੍ਹਾ ਕੇ ਵੈਨ ਜਿਹੜੀ ਉਹ ਫਤਿਹਾਬਾਦ ਜਾਂ ਗੋਂਦਵਾਲ ਹਸਪਤਾਲ ਲੈ ਗਈ ਆ। ਇੱਧਰ ਦੇ ਡੈਥ ਕੇਸ ਦੋਵੇਂ ਆਏ ਅਜੇ, ਹੋਰ ਖਬਰ ਆਉਣ ਡਈ ਪਤਾ ਨਹੀਂ ਹੋਰ ਵੀ ਬੱਚਾ ਕੋਈ ਐਕਸਪਾਇਰ ਹੋ ਗਿਆ ਹੋਵੇ। ਤਰਨ ਤਰਨ ਕਿੰਨੇ ਬੱਚੇ ਐਕਸਪਾਇਰ ਪੋਸਟਮਾਰਟਮ ਤੇ? ਪੋਸਟਮਾਰਟਮ ਦੇ ਇੱਕ ਬੱਚਾ ਵਾ ਜੀ, ਇੱਕ ਸਾਡਾ ਭਰਾ ਡਰਾਈਵਰ ਆ ਜੀ। ਅਤੇ ਕੀ ਕਾਰਵਾਈ ਦੀ ਮੰਗ ਕਰਦੇ ਤੁਸੀਂ ਡਰਾਈਵਰ ਖਿਲਾਫ਼? ਕਾਰਵਾਈ ਹੁੰਦੀ ਨੇ, ਪੂਰੀ ਕਾਰਵਾਈ ਹੋਵੇ ਜੀ। ਬੱਚਿਆਂ ਦਾ ਇੱਕ ਵਾਰੇ 2 ਬੱਚੇ ਦੇ ਆਹ ਵਿਚਾਰਾ ਛੋਟੀ ਉਮਰ ਸੀ, ਆਹ ਉਹ ਤੋਂ ਵੱਡਾ ਵਾ ਅਰਜੀਤ ਸਿੰਘ ਅਤੇ ਇਸ ਤੋਂ ਛੋਟਾ, ਸਾਰਿਆਂ ਛੋਟਾ ਭਰਾ ਸੀ। ਅਤੇ ਹੁਣ ਦੇਖੋ ਉਹਦੇ ਆਪਣੇ ਬੱਚੇ ਆ, ਕੋਈ ਬੱਚਾ ਨਹੀਂ ਰਿਹਾ ਦੋਵਾਂ 'ਚੋਂ ਜੀ, ਅਤੇ ਕਿਸੇ ਦੇ ਗੁਜ਼ਾਰਾ ਕਰਦਾ ਸੀ ਵਿਚਾਰਾ। ਘਰੋਂ ਨੇ ਕਮਜ਼ੋਰ ਜ਼ਿਆਦਾ ਸਕੂਲ ਵਾਲੇ ਵੀ ਆਹ ਬੀਬੀਆਂ ਨੂੰ ਪੁੱਛ ਲਓ, ਇੰਨਾ ਭਲਾ ਮਾਣ ਅਤੇ ਅੰਮ੍ਰਿਤਧਾਰੀ ਬੰਦਾ ਸੀ, ਕੋਈ ਨਸ਼ੇ ਦਾ ਨਹੀਂ ਕਿਸੇ ਚੀਜ਼ ਦਾ ਨਹੀਂ ਹੈਗਾ, ਬਹੁਤ ਜ਼ਿਆਦਾ ਘਾਟਾ ਵੱਜਿਆ ਜੀ ਸਾਨੂੰ। ਮੇਰਾ ਨਾਮ ਮਨਿੰਦਰ ਸਿੰਘ ਹੈ ਜੀ। ਹਾਂਜੀ, ਕੀ ਗੱਲਬਾਤ ਹੋਈ ਜੀ ਅੱਜ? ਅਸੀਂ 8 ਵਜੇ 7:45 ਵੇਖਿਆ ਜਦੋਂ ਸੜਕ 'ਤੇ ਖੜਕਾ ਹੋਇਆ, ਮੈਂ ਮੋਟਰਸਾਈਕਲ ਲੈ ਕੇ ਇੱਥੇ ਆਇਆ ਵਾਂ ਅਤੇ ਡਰਾਈਵਰ ਨੂੰ ਕੱਢਿਆ ਵਾ, ਇੱਕ ਦੋ ਬੱਚੇ ਵੀ ਕੱਢੇ ਆ, ਇੱਕ ਬੇਟੀ ਜ਼ਿਆਦਾ ਸੀਰੀਅਸ ਲੱਗਦੀ ਸੀਗੀ। ਬੇਟੀ ਡੈਥ ਹੋ ਗਈ ਹੈ ਜੀ? ਬੇਟੀ ਦੀ ਡੈਥ ਹੋ ਗਈ ਆ ਅਤੇ ਡਰਾਈਵਰ ਦੀ ਵੀ ਡੈਥ ਹੋ ਗਈ ਆ। ਕਿੰਨੇ ਵਜੇ ਦੀ ਘਟਨਾ ਜੀ? ਇਹ 7:45 ਦੀ ਘਟਨਾ। ਕਿੱਧਰੋਂ ਕਿੱਧਰ ਆ ਰਹੇ ਸੀ? ਬਸ ਤਰਨ ਤਾਰਨ ਨੂੰ ਜਾ ਰਹੀ ਸੀ ਅਤੇ ਟਰੱਕ ਗੋਂਦਵਾਲ ਸਾਹਿਬ ਨੂੰ ਜਾ ਰਿਹਾ ਸੀ ਅਤੇ ਬਸ ਧੁੰਮ ਘੁਮਾ ਕੇ ਸਮਝ ਨਹੀਂ ਲੱਗਦੀ ਕਿ ਚੱਕਰ ਚੱਲਿਆ, ਧੁੰਦ ਦਾ ਕਾਰਨ ਬਣਿਆ ਜ਼ਿਆਦਾ। ਇਸ ਟੱਕਰ ਤੋਂ ਬਾਅਦ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਜਾਰੀ ਹੈ, ਜਿਨ੍ਹਾਂ ਵਿੱਚ ਕੁਝ ਨੂੰ ਜ਼ਿਆਦਾ ਹੀ ਸੀਰੀਅਸ ਦੱਸਿਆ ਜਾ ਰਿਹਾ ਹੈ ਅਤੇ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਿਹੜੀ ਬੱਸ ਆ, ਜਿਹੜੀ ਬੱਚਿਆਂ ਵਾਲੀ ਬੱਸ, ਉਹ ਜਾ ਰਹੀ ਸੀ ਤਰਨ ਤਾਰਨ ਨੂੰ ਅਤੇ ਜਿਹੜਾ ਟਰੱਕ ਸੀ ਉਹ ਸਾਹਮਣੇ ਤੋਂ ਆ ਰਿਹਾ ਸੀ ਅਤੇ ਜਿਹੜਾ ਦੋਨਾਂ ਦੀ ਧੁੰਦ ਕਰਕੇ ਜਿਹੜੀ ਆ ਟੱਕਰ ਹੋ ਗਈ ਆ, ਅਤੇ ਜਿਹਦੇ ਵਿੱਚ ਬੱਚੇ ਇੱਕ ਜਿਹੜਾ ਹੈਗਾ ਆ ਬੱਸ ਦਾ ਡਰਾਈਵਰ, ਉਹਦੀ ਡੈਥ ਕਿਤੇ ਹੋ ਗਈ ਆ ਅਤੇ ਬਾਕੀ ਬੱਚੇ ਵੱਖ ਵੱਖ ਰੈਫਰ ਕਰਤੇ ਅਤੇ ਜਿਹੜਾ ਰਸਤਾ ਜਾਮ ਹੋਇਆ ਉਹਨੂੰ ਜਿਹੜਾ ਚਾਲੂ ਕਰਾਇਆ ਗਿਆ। ਬੱਚੇ ਕਾਫੀ ਸੀਰੀਅਸ ਨੇ? ਹਾਂ, ਕਹਿੰਦੇ ਹੋਸਪਿਟਲ ਆ ਉਹ, ਬਾਕੀ ਜਾਂ ਉੱਥੋਂ ਆਪਾਂ ਨੂੰ ਕਲੀਅਰ ਹੋਊਗਾ ਨਾ। ਸੀਰੀਅਸ ਐਕਸੀਡੈਂਟ ਹੀ ਸੀਰੀਅਸ ਹੈ। ਦੇਖਣਾ ਹੋਵੇਗਾ ਕਿ ਪੁਲਿਸ ਦੀ ਜਾਂਚ ਤੋਂ ਬਾਅਦ ਕਿਸ ਦੀ ਗਲਤੀ ਸਾਹਮਣੇ ਆਉਂਦੀ ਹੈ। ਤਰਨ ਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ, D5 ਚੈਨਲ ਪੰਜਾਬੀ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।